ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਵੀਡੀਓ ਨੂੰ ਅੰਤ ਤੱਕ ਦੇਖ ਲਿਓ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਮਾਸੀ ਦੇ ਲੜਕੇ ਨਾਲ ਫਰੈਂਡ ਨੂੰ ਆਉਂਦੇ 3 ਨੌਜਵਾਨਾਂ ਨਾਲ ਵਾਪਰਿਆ ਭਾਣਾ, 3 ਪਰਿਵਾਰ ਸਦਮੇ 'ਚ। ਸੋ ਵੱਡੀ ਦੁੱਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਸਭ ਤੋਂ ਪਹਿਲਾਂ ਤਸਵੀਰਾਂ 3 ਨੌਜਵਾਨਾਂ ਦੀਆਂ ਤੁਸੀਂ ਆਪਣੇ ਫੋਨ ਦੀ ਡਿਸਪਲੇ 'ਤੇ ਦੇਖ ਸਕਦੇ ਹੋ। ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਚੋਲਾ ਸਾਹਿਬ ਦੇ ਨੇੜਲੇ ਪਿੰਡ ਰੱਤੋ ਵਿੱਚ ਦੇਰ ਰਾਤ ਨੂੰ ਇੱਕ ਕਾਰ ਦੇ ਦਰਖਤ ਨਾਲ ਟਕਰਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਦੁੱਖਦਾਈ ਹਾਦਸੇ 'ਚ 3 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ 2 ਰਿਸ਼ਤੇਦਾਰ ਮਾਸੀ ਦੇ ਲੜਕੇ ਭਰਾ ਹਨ ਅਤੇ 3ਜਾ ਨੌਜਵਾਨ ਕਾਰ ਦੇ ਵਿੱਚ ਲਿਫਟ ਲੈ ਕੇ ਆਪਣੇ ਪਿੰਡ ਰੱਤੋ ਕੇ ਲਈ ਜਾ ਰਿਹਾ ਸੀ। ਇਹ 4 ਸਾਰੇ ਚੋਲਾ ਸਾਹਿਬ ਦੇ ਰਹਿਣ ਵਾਲੇ ਸਨ। ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਸਰਹਾਲੀ ਤੋਂ ਘਰ ਪਰਤ ਰਹੇ ਸਨ। ਪੁਲਿਸ ਨੇ 3 ਨੌਜਵਾਨਾਂ ਦੀਆਂ ਦੇਹਾਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਨੇ। ਇਹਨਾਂ ਦੇ ਵਿੱਚ ਨਿਸ਼ਾਨ ਸਿੰਘ ਜਤਨ ਅਤੇ ਅੰਸ਼ੂ ਕੁਮਾਰ ਦੇ ਰੂਪ ਵਜੋਂ ਇਹਨਾਂ ਦੀ ਪਹਿਚਾਣ ਹੋਈ ਆ। ਸੋ ਚੋਲਾ ਸਾਹਿਬ ਦੇ ਰਹਿਣ ਵਾਲੇ ਨੇ ਦੱਸਿਆ ਜਾ ਰਿਹਾ ਕਿ ਜਤਨ ਅਤੇ ਅੰਸ਼ੂ ਕਿਸੇ ਕੰਮ ਲਈ ਸਰਹੱਦ ਹੀ ਗਏ ਸਨ। ਦੋਵੇਂ ਭਰਾ ਰਾਤ ਸਮੇਂ ਵਾਪਸ ਆ ਰਹੇ ਸਨ, ਨਿਸ਼ਾਨ ਉਹਨਾਂ ਨੂੰ ਦਿਖਾਈ ਦਿੱਤਾ। ਦੋਵਾਂ ਨੇ ਉਸਨੂੰ ਘਰ ਜਾਣ ਦੇ ਲਈ ਲਿਫਟ ਦਿੱਤੀ। ਕਾਰ ਦੀ ਗਤੀ ਬਹੁਤ ਤੇਜ਼ ਸੀ। ਚੋਲਾ ਸਾਹਿਬ ਰੋਡ 'ਤੇ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਦਰਖਤ ਨਾਲ ਜਾ ਟਕਰਾਈ ਅਤੇ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਫਰਕ ਕੱਚੇ ਹੀ ਉੱਡ ਗਏ।